ਅਸਲਾਮ ਵਾਲੇਕੁਮ ਸੰਗਤ, ਕਿਆ ਹਾਲ ਹੈ? ਠੀਕ ਉਖਰੀਆ ਤੇ ਈ ਵੀਡੀਓ ਸਾਊਦੀ ਅਰਬ ਦੀਆਂ ਕੁਝ ਖਬਰਾਂ ਤੁਹਾਨੂੰ ਸ਼ੇਅਰ ਕਰਨਾ ਵਾਂ। ਪਹਿਲੀ ਖਬਰ, ਸਾਊਦੀ ਮਹਿਕਮੇ ਜਵਜ਼ਾਤ ਕੋਲੋਂ ਸਾਊਦੀ ਮਹਿਕਮੇ ਜਵਜ਼ਾਤ ਕੋਲੋਂ ਸਵਾਲ ਕੀਤਾ ਗਏ ਪੁੱਛਾ ਗਏ ਜੇਰੇ ਗੈਰ ਮੁਲਕੀ ਦਾ ਫਾਈਨਲ ਐਗਜ਼ਿਟ ਖਰੂਜ ਨਹੀਂ ਲੱਗੇ ਤਾਂ ਕਿਆ ਖਰੂਜ ਨਹੀਂ ਲੱਗਣ ਦੇ ਬਾਅਦ ਇਹ ਜ਼ਿੰਮੇਵਾਰੀ ਕਫੀਲ ਦੀ ਆਉਂਦੀ ਏ ਉਕੂੰ ਸਾਊਦੀ ਅਰਬ ਨੇ ਬਾਹਰ ਭੇਜਣ ਦੀ ਉਹਦੇ ਆਪਣੇ ਮੁਲਕ ਰਵਾਨਾ ਕਰਨ ਦੀ? ਸਾਊਦੀ ਜਵਜ਼ਾਤ ਇਹ ਸਵਾਲ ਦਾ ਜਵਾਬ ਦੇਂਦੀ ਹੋਈ ਦੱਸ ਏ ਜੇਰੇ ਖਰੂਜ ਨਹੀਂ ਲੱਗ ਵੀਂਜੇ ਕਈ ਗੈਰ ਮੁਲਕੀ ਦਾ ਤਾਂ ਉਹਦੇ ਕਫੀਲ ਦੀ ਜਾਂ ਕੰਪਨੀ ਦੀ ਜ਼ਿੰਮੇਵਾਰੀ ਹੁੰਦੀ ਏ ਜਿਹਦਾ ਉਹ ਅਮਾਲ ਹੁੰਦਾ ਏ ਉਕੂੰ ਸਾਊਦੀ ਅਰਬ ਨੇ ਭੇਜਣ ਦਾ ਉਹਦੇ ਆਪਣੇ ਮੁਲਕ ਅਗਰ ਕਾਈ ਦਾ ਅਮਾਲ ਉਹਦੇ ਕਫੀਲ ਕੋਲੋਂ ਲੁੱਕ ਗਏ ਅਤੇ ਕਫੀਲ ਕੋ ਪਤਾ ਕਹਿ ਨਹੀਂ ਉਹ ਕਿੱਥਾਂ ਏ ਤਾਂ ਕਫੀਲ ਕੋ ਚਾਹੀਦਾ ਏ ਫੌਰਨ ਉਹਦਾ ਖਰੂਜ ਨਹੀਂ ਕੈਂਸਲ ਕਰੇ ਵਲਾ ਹਰੂਬ ਦੀ ਰਿਪੋਰਟ ਦਰਜ ਕਰੇ ਖੁਦ ਆਪਣੇ ਅਫਸਰ ਤੋਂ ਜਾਂ ਜਵਜ਼ਾਤ ਦੇ ਦਫ਼ਤਰ ਵਿੰਨ ਤੇ। ਉਹਦੇ ਬਾਅਦ ਇਹ ਗੈਰ ਮੁਲਕੀ ਗੈਰ ਕਾਨੂੰਨੀ ਥੀ ਸੀ ਜਿੱਥੇ ਹੀ ਪਕੜੀ ਸੀ ਇਕੂ ਵੱਲ ਘਰ ਭੇਜ ਦੇ ਸੀ ਮਹਿਕਮਾ। ਵੀ ਖਬਰ, ਸਾਊਦੀ ਵਜ਼ਾਰਤ ਦਾਖਲਾ ਕੋਲੋਂ ਸਾਊਦੀ ਵਜ਼ਾਰਤ ਦਾਖਲਾ ਦੱਸਾਏ ਆਪਣੇ ਪਿਓ ਕੋ ਕਤਲ ਕਰਾਉਣ ਵਾਲੇ ਇੱਕ ਸਾਊਦੀ ਸ਼ਹਿਰੀ ਕੋ ਕੱਲ ਬੁੱਧਾ ਲੈ ਜਾੜੇ ਅਦਾਲਤ ਦੇ ਹੁਕਮ ਦੇ ਉੱਤੇ ਮੱਕਾ ਮੁਕਰਮਾਇਤ ਸਜ਼ਾ ਮੌਤ ਦਿੱਤੀ ਸੀ। ਇਹ ਸਾਊਦੀ ਸ਼ਹਿਰੀ ਜਿਹਦਾ ਨਾਂ ਅਬਦੁਲ ਰਹਿਮਾਨ ਬਿਨ ਹਮਜ਼ਾ ਯੂਨਿਸ ਆ ਆਪਣੇ ਪਿਓ ਉੱਤੇ ਚਾਕੂ ਦੇ ਵਾਰ ਕਰਤੇ ਇਕੂ ਕਤਲ ਕਰ ਦਿੱਤਾ। ਇਕੂ ਵਾਲਾ ਪੁਲਿਸ ਪਕੜ ਅਤੇ ਅਦਾਲਤ ਪੇਸ਼ ਕੀਤਾ ਉੱਥਾਂ ਇਹਦਾ ਇਹ ਜੁਰਮ ਸਾਬਿਤ ਥੀ ਗਿਆ ਉੱਥੋਂ ਇਕੂ ਸਜ਼ਾ ਮੌਤ ਦੀ ਸਜ਼ਾ ਥਈ ਗਈ ਅਤੇ ਕੱਲ੍ਹ ਮੱਕਾ ਮੁਕਰਮਾ ਰਹਿ ਜਾਣੇ ਤਾਂ ਇਕੂ ਸਜ਼ਾ ਮੌਤ ਦੇ ਦਿੱਤੀ ਸੀ। ਵੀ ਖਬਰ, ਸਾਊਦੀ ਅਰਬ ਵਿੱਚ ਬਿਜਲੀ ਦੇ ਪ੍ਰੀਪੇਡ ਮੀਟਰ ਲਗਾਉਣ ਦੀ ਤਜਵੀਜ਼ ਜ਼ੇਰੇ ਗੌਰ ਏ। ਇਹ ਮੀਟਰ ਉਵੇਂ ਚੱਲ ਸੀ ਜਿਹੜੇ ਇਹਦੇ ਅੰਦਰ ਬੈਲੈਂਸ ਹੋ ਸੀ। ਅਗਰ ਬੈਲੈਂਸ ਖਤਮ ਥੀ ਵੇ ਸੀ ਮੀਟਰ ਦੇ ਅੰਦਰ ਤਾਂ ਬਿਜਲੀ ਆਟੋਮੈਟਿਕ ਕੱਟੀ ਵੇ ਸੀ। ਈ ਮੀਟਰ ਕੋ ਸਾਲ ਦੇ 12 ਮਹੀਨੇ ਰੀਚਾਰਜ ਕਰਵਾ ਸਕਦੇ ਵੇਨ। ਘੱਟ ਤੋਂ ਘੱਟ ਈ ਮੀਟਰ ਕੋ ਰੀਚਾਰਜ ਕਰਨ ਕੀਤੇ 150 ਰਿਆਲ ਅਤੇ ਜ਼ਿਆਦਾ ਤੋਂ ਜ਼ਿਆਦਾ ਈ ਕੋ ਰੀਚਾਰਜ ਕਰਨ ਕੀਤੇ 5000 ਰਿਆਲ ਏ। 150 ਰਿਆਲ ਕੋਲੋਂ ਥੱਲੇ ਇਹ ਰੀਚਾਰਜ ਨਾ ਥੀ ਸੀ ਅਤੇ ਜ਼ਿਆਦਾ ਤੋਂ ਜ਼ਿਆਦਾ 5000 ਨੇ ਉੱਤੇ ਇਹਦੇ ਅੰਦਰ ਬੈਲੈਂਸ ਨਾ ਸਟਵਾ ਸਕਸਨ। ਈ ਮੀਟਰ ਦੇ ਅੰਦਰ ਜਿਹੜੇ 50 ਰਿਆਲ ਬੱਚਾ ਪਿਆ ਹੋ ਸੀ ਮਾਲਕ ਤੋਂ ਮੈਸੇਜ ਆ ਸੀ ਜੋ ਆਪਣਾ ਮੀਟਰ ਰੀਚਾਰਜ ਕਰ ਵੱਲ ਦੂਜਾ ਮੈਸੇਜ ਉਵੇਂ ਲਿਆ ਸੀ ਜਿਹੜੇ 30 ਰਿਆਲ ਬੱਚੇ ਪਾਓ ਸਨ। ਤੀਜਾ ਮੈਸੇਜ ਉਵੇਂ ਲਿਆ ਸੀ ਜਿਹੜੇ ਬਿਲਕੁਲ ਬੈਲੈਂਸ ਖਤਮ ਥੀ ਵੇ ਸੀ ਵੱਲ ਅਗਰ ਰੀਚਾਰਜ ਮਾਲਕ ਨਾ ਕਰੇ ਸੀ ਤਾਂ 24 ਘੰਟਿਆਂ ਦੇ ਅੰਦਰ ਅੰਦਰ ਬਿਜਲੀ ਕੱਟ ਦੇ ਸਨ ਅਤੇ ਕੱਟਣ ਦੇ ਬਾਅਦ ਜਿਵੇਂ ਹੀ ਇੱਕ ਰੀਚਾਰਜ ਵਾਲਾ ਕਰੇ ਸਨ ਬੈਲੈਂਸ ਪਏ ਸਨ ਵੱਲ 30 ਮਿੰਟ ਦੇ ਅੰਦਰ ਅੰਦਰ ਕੰਪਨੀ ਨੇ ਦੀ ਬਿਜਲੀ ਬਹਾਲ ਕਰਦੇ ਸੀ। ਹਾਲੀ ਇਹ ਤਜਵੀਜ਼ ਜ਼ੇਰੇ ਗੌਰ ਏ। ਆਉਣ ਵਾਲੇ ਜਹਾੜੇ ਵਿੱਚ ਤਕਰੀਬਨ ਇਹ ਮੀਟਰ ਹੀ ਸਾਊਦੀ ਅਰਬ ਵਿੱਚ ਲੱਗ ਵੇ ਸਨ ਜਿਹਦੇ ਅੰਦਰ ਮੋਬਾਈਲ ਅੰਗੋਂ ਬੈਲੈਂਸ ਰੱਖਣਾ ਪੋ ਸੀ। ਵੀ ਖਬਰ, ਜਦੇ ਦੀ ਬਲਦੀਆ ਅਲ ਫੈਸਲੀਆ ਮਹੱਲੇ ਦੇ ਵਿੱਚ ਗੈਰ ਕਾਨੂੰਨੀ ਸਿਲਾਈ ਦਾ ਕਾਰਖਾਨਾ ਸੀਲ ਕਰ ਦਿੱਤੇ ਛਾਪਾ ਮਾਰ ਤੇ ਈ ਕਾਰਖਾਨੇ ਕੋ ਗੈਰ ਮੁਲਕੀ ਚੱਲੇ ਨੇ ਪਾਨ ਜਿਹੜੀ ਜਹਾਜ਼ ਦੇ ਉੱਤੇ ਇਹ ਕਾਰਖਾਨਾ ਲਈ ਪਾਨ ਉੱਥਾਂ ਅਮਾਲੇ ਦੀ ਰਹਿਣ ਦੀ ਜਹਾ ਆਈ। ਈ ਕਾਰਖਾਨੇ ਦੇ ਅੰਦਰ ਨਿਮਾਜ਼ ਦਿਆਂ ਔਰਤਾਂ ਕਿਤੇ ਚਾਦਰਾਂ ਬਣ ਜਾਣ ਇਹਨੇ ਚਾਦਰਾਂ ਕੋ ਬਣਾ ਤੇ ਵਾਲਾ ਮਾਰਕੀਟ ਸਪਲਾਈ ਕਰਦੇ ਹਨ। ਇੱਥੋਂ 3 ਗੈਰ ਮੁਲਕੀ ਵੀ ਪਕੜੇ ਨੇ ਇਹਨਾਂ ਦੇ ਬਾਰੇ ਕਹਿਣ ਨੇ ਦੱਸਿਆ ਜੋ ਕਿਹੜੇ ਮੁਲਕ ਨਾਲ ਇਹਨਾਂ ਦਾ ਤਾਲੁਕ ਏ ਅਤੇ ਈ ਜਹਾਜ਼ ਦੇ ਮਾਲਕ ਕੋਈ ਤਲਬ ਕੀਤੀ ਪਏ ਨੇ। ਵੀ ਖਬਰ, ਰਿਆਲ ਰੇਟ ਦੇ ਬਾਰੇ ਵੇ ਕੱਲ੍ਹ ਬੁੱਧ ਵਾਲੇ ਜਹਾੜੇ 28 ਅਗਸਤ ਕੋ ਸਾਊਦੀ ਅਰਬ ਦਾ ਜਿਹੜਾ ਰਿਆਲ ਰੇਟ ਪਾਕਿਸਤਾਨ ਕਿਤੇ ਚੱਲਦਾ ਪਿਆ ਆ ਫੌਰੀ ਬੈਂਕ ਅਲ ਜਜ਼ੀਰਾ ਦੇ ਉੱਤੇ ਇਹ 73 ਰੁਪਏ 48 ਪੈਸੇ ਆ, STC ਪੇ ਦੇ ਉੱਤੇ 73 ਰੁਪਏ 36 ਪੈਸੇ ਆ, ਤਾਵਲ ਅਲ ਰਾਜੀ ਦੇ ਉੱਤੇ 73 ਰੁਪਏ 77 ਪੈਸੇ ਆ, ਵੈਸਟਰਨ ਯੂਨੀਅਨ ਦੇ ਉੱਤੇ 73 ਰੁਪਏ 68 ਪੈਸੇ ਆ, ਮਨੀਗ੍ਰਾਮ ਦੇ ਉੱਤੇ 73 ਰੁਪਏ 34 ਪੈਸੇ ਆ, ਇੰਜਾਜ਼ ਬੈਂਕ ਅਲ ਬਿਲਾਦ ਦੇ ਉੱਤੇ 73 ਰੁਪਏ 35 ਪੈਸੇ ਆ। ਕੱਲ੍ਹ ਜਿਹੜਾ ਐਕਸਚੇਂਜ ਰਿਆਲ ਰੇਟ ਚੱਲਦਾ ਰਹਿ ਗਏ ਇਹ 74 ਰੁਪਏ 25 ਪੈਸੇ ਆ ਪਾਕਿਸਤਾਨ ਕੀਤੇ। ਠੀਕ ਹੈ ਸੰਗਤ, ਇਹ ਸਾਊਦੀ ਅਰਬ ਦੀਆਂ ਥੋੜ੍ਹੀਆਂ ਬਹੁਤ ਖਬਰਾਂ ਜਿਹੜੀਆਂ ਸਾਨੂੰ ਸ਼ੇਅਰ ਕੀਤੇ ਵੀ। ਇਹ ਵੀਡੀਓ ਪਸੰਦ ਆਵੇ ਤਾਂ ਇੱਕ ਲਾਈਕ ਵੀ ਕਰਾਏ ਅਤੇ ਬਿਨੇ ਬਿਰਾਂ ਨਾਲ ਸ਼ੇਅਰ ਵੀ ਕਰਾਏ।
ਅੱਲਾ ਹਾਫਿਜ਼।